ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲੇ ਬੋਲਣ ਲਈ ਜ਼ਿਆਦਾ ਸ਼ਬਦ ਨਹੀਂ ਕਿਉਂਕਿ ਅੱਜ ਜਦੋਂ ਮੈਂ ਇੱਥੇ ਪਹੁੰਚੀ ਆ ਰਸਤੇ ਦੇ ਵਿੱਚ ਜੋ ਮੈਂ ਵੇਖਿਆ ਪੰਜਾਬ ਦੇ ਵਿੱਚ ਤੇ ਲਗਾਤਾਰ ਹਾਜ਼ਰੀ ਲਾਈ ਦੀ ਹੈ ਪਰ ਇੱਕ ਦਿਲ ਦੇ ਵਿੱਚ ਇਹ ਰੀਝ ਸੀ ਕਿ ਇੱਥੇ ਆਉਣ ਦੀ ਤਮੰਨਾ ਜਿਹੜੀ ਆ ਕੇ ਵੇਖਣ ਦੀ ਇੱਥੇ ਬੋਲਣ ਦੀ ਤਮੰਨਾ ਇੰਨੀ ਨਹੀਂ ਸੀ ਜਿੰਨੀ ਇੱਥੇ ਆ ਕੇ ਵੇਖਣ ਦੀ ਸੀ ਔਰ ਜਦੋਂ ਮੈਂ ਰਸਤੇ 'ਚ ਆਈ ਆ ਮੇਰਾ ਮਨ ਭਾਵੁਕ ਹੋਇਆ ਮੈਂ ਰੋਈ ਵੀ ਸਲੂਟ ਆ ਤਾਂ ਸਾਰਿਆਂ ਨੂੰ ਕਿਉਂਕਿ ਸੋਚਿਆ ਕੁਝ ਹੋਰ ਸੀ ਬੋਲਣ ਵਾਰੇ ਪਰ ਆ ਜਿਹੜਾ ਜੋਸ਼ ਆ ਦੇਖੋ ਬੱਚੇ ਤੇ ਸਾਡੇ ਬਜ਼ੁਰਗਾਂ ਬੀਬੀਆਂ ਅੱਗੇ ਤੁਹਾਨੂੰ ਤੁਸੀਂ ਸਾਰੇ ਮਤਲਬ ਆਪ ਤੇ ਆ ਆਪਦੇ ਵੱਡਿਆਂ ਕੋਲੋਂ ਸੁਣਦੇ ਹੁੰਦੇ ਸੀ ਅਸੀਂ ਹਨਾ ਬਈ ਆ ਕੀ ਹੁੰਦਾ ਅੰਦੋਲਨ ਕੀ ਹੁੰਦਾ ਵਾ ਕ੍ਰਾਂਤੀ ਕਦੋਂ ਆਉਂਦੀ ਆ ਕਿਹੜੇ ਕਿਹੜੇ ਕਿੱਦਾਂ ਕੀ ਹੋਇਆ ਸੀ ਸਰਕਾਰਾਂ ਨੇ ਮੁਗਲ ਸਰਕਾਰਾਂ ਕੀ ਸੀ ਤੇ ਉਹ ਕਿੱਦਾਂ ਜ਼ੁਲਮ ਢਾਏ ਸੀ ਸਰਕਾਰਾਂ ਤਾਂ ਫਰਕ ਕੁਛ ਨਹੀਂ ਉਦੋਂ ਮੁਗਲ ਸੀਗੇ ਹੁਣ ਆ ਸਰਕਾਰਾਂ ਨੇ ਆਪਣੇ ਸਾਹਮਣੇ ਫਰਕ ਤਾਂ ਕੋਈ ਨਹੀਂ ਸਿਰਫ ਨਾਮ ਬਦਲੇ ਗਏ ਆ ਉਦੋਂ ਕੋਈ ਔਰੰਗਜ਼ੇਬ ਸੀ ਕੋਈ ਹਿਟਲਰ ਸੀ ਕੋਈ ਹੋਰ ਸੀ ਅੱਜ ਦੇ ਵਿੱਚ ਮੋਦੀ ਆ ਜਾਂ ਇਹ ਜਾਊ ਕ ਕੱਲ ਨੂੰ ਕੋ ਹੋਰ ਆਜੂ ਇਹਨਾਂ ਤੋਂ ਪਹਿਲਾਂ ਕੋ ਹੋਰ ਸੀ ਕੀਤਾ ਕਿਸੇ ਨੇ ਵੀ ਕੁਛ ਨਹੀਂ ਸਿਰਫ ਕੀਤਾ ਆਪਣਾ ਟਾਈਮ ਪਾਸ ਕੀਤਾ ਆਪਣੇ ਮਨਾਂ ਦੀਆਂ ਗੱਲਾਂ ਸਾਡੇ ਤੇ ਥੋਪੀਆਂ ਨੇ ਇਹਨਾਂ ਨੇ ਬਾਰੇ ਹੁਣ ਸਾਡੇ ਮਨਾਂ ਦੀਆਂ ਗੱਲਾਂ ਜੜੀਆਂ ਨੇ ਉਹ ਕਹਿਣ ਦਾ ਵਕਤ ਆ ਗਿਆ ਅੱਜ ਸਾਡੇ ਅੱਜ ਸਾਡੇ ਅਨਦਾਤਾ ਜਦੋਂ ਸਾਡੇ ਵੀਰ ਸਾਡੇ ਪਰਿਵਾਰ ਇੱਥੇ ਪਹੁੰਚ ਕੇ ਆਪਣੀ ਮੰਨ ਦੀ ਗੱਲ ਕਰ ਰਹੇ ਨੇ ਤੇ ਉਹਨਾਂ ਨੂੰ ਅੱਜ ਸਮਝ ਨਹੀਂ ਆ ਰਹੀ ਬਾਰ-ਬਾਰ ਡਿਬੇਟਾਂ ਹੁੰਦੀਆਂ ਨੇ ਕਾਲੇ ਕੀ ਕਾਨੂੰਨ ਆ ਐਮਐਸਪੀ ਕੀ ਆ ਜਿਹੜਾ ਬੰਦਾ ਬੋਲਦਾ ਉਹਨਾਂ ਦੇ ਪੱਤਰਕਾਰ ਆ ਕੇ ਫਿਰ ਪੁੱਛਣਾ ਸ਼ੁਰੂ ਕਰ ਦਿੰਦੇ ਆ ਤੁਹਾਨੂੰ ਪਤਾ ਐਮਐਸਪੀ ਕੀ ਆ ਭਾਈ ਸਾਰੇ ਕਮਲਿਆ ਜਿਹੜੇ ਬੱਚਾ ਬੱਚਾ ਛੋਟੇ ਛੋਟੇ ਬੱਚਿਆਂ ਨੂੰ ਪਤਾ ਰਾਜ ਫੋਟੋਆਂ ਲੈ ਕੇ ਹੱਸਦੇ ਸੀ ਮਜ਼ਾਕ ਉਡਾਉਂਦੇ ਸੀ ਅੱਜ ਇਹਨਾਂ ਨੂੰ ਸਿਰਫ ਆਪਣੇ ਬੱਚਿਆਂ ਨੂੰ ਇਸ ਲਈ ਲੈ ਕੇ ਆਈਆਂ ਕਿ ਇਹਨਾਂ ਨੂੰ ਵਿਖਾ ਸਕਾਂ ਕਿ ਜੋ ਅਸੀਂ ਪਹਿਲਾਂ ਨਹੀਂ ਵੇਖਿਆ ਸੀ ਇਹ ਯਾਦ ਰੱਖਣ ਕਿ ਹਾਂ ਕੁਰਬਾਨੀਆਂ ਅੰਦੋਲਨ ਹੱਕਾਂ ਦੀ ਲੜਾਈ ਕੀ ਹੁੰਦੀ ਆ ਇਹ ਜਦੋਂ ਦੀਵਾਲੀ ਆਈ ਜਾਂ ਨਵਾਂ ਸਾਲ ਆਇਆ ਮम्मा ਅਸੀਂ ਮਨਾਉਣਾ ਅਸੀਂ 크리스마ਸ ਮਨਾਉਣੀ ਆ ਮੈਂ ਕਿਹਾ ਨਹੀਂ ਮਨਾਉਣੀ ਕਿਉਂਕਿ ਕਿਉਂ ਨਹੀਂ ਮਨਾਉਣੀ ਇਹਨਾਂ ਨੂੰ ਸਮਝਾਉਣਾ ਪੈਂਦਾ ਸੋ ਇਹਨਾਂ ਦੇ ਹੁਣ ਖਾਨੇ 'ਚ ਗੱਲ ਪਾਈ ਆ ਵੀ ਕਿਉਂ ਨਹੀਂ ਮਨਾਉਣੀ ਅਸੀਂ ਕੌਣ ਆ ਅਸੀਂ ਕਿਸ ਕੌਮ ਦੇ ਆ ਸਾਡੇ ਹੱਕ ਕੀ ਨੇ ਔਰ ਜੋ ਦਿੱਲੀ ਬੈਠੇ ਨੇ ਉਹ ਸਾਡੇ ਕੌਣ ਨੇ ਅਸੀਂ ਉਹਨਾਂ ਦੇ ਲਈ ਨਹੀਂ ਮਨਾਉਣੀ ਕਿਉਂਕਿ ਉਹ ਨਹੀਂ ਮਨਾ ਰਹੇ ਉਸ ਵਾਹਿਗੁਰੂ ਅੱਗੇ ਦਿਹਾੜਾ ਆਇਆ ਜੋਤ ਜਰੂਰੀ ਜਗਾਈ ਆ ਔਰ ਮੈਂ ਜਦੋਂ ਪਹਿਲਾ ਵਕਤ ਸੀ ਇੱਕ ਗੀਤ ਗਾਇਆ ਸੀ ਬੀਬਾ ਜੀ ਨੇ ਨਿਰੰਦਰ ਬੀਬਾ ਜੀ ਨੇ ਮੇਰੇ ਲਾੜਲੇ ਲਾਲ ਦੇ ਲਾਲ ਉਹਦੇ ਵਿੱਚ ਜਦੋਂ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਭੇਜਦੇ ਨੇ ਉਥੇ ਸੂਬੇ ਦੀ ਕਚਹਿਰੀ 'ਚ ਔਰ ਉਹਨਾਂ ਨੂੰ ਪਤਾ ਹੁੰਦਾ ਜਾਣੀ ਜਾਣ ਕੀ ਇਹਨਾਂ ਨੇ ਨਹੀਂ ਰਹਿਣਾ ਫੇਰ ਵੀ ਜਦੋਂ ਪੁੱਤਰੇ ਜਾਂਦੇ ਨੇ ਤੇ ਵਾਪਸ ਆਉਂਦੇ ਨੇ ਤੇ ਦਿਲ ਨੂੰ ਦਾਦੀ ਤੇ ਕਾਲੀ ਪੈਂਦੀ ਤੇ ਉਹ ਉਹ ਦੌਰ ਤੇ ਅੱਜ ਦਾ ਦੌਰ ਇੱਕੋ ਹੀ ਆ ਉਹ ਉਦੋਂ ਦਾ ਲਿਖਿਆ ਗੀਤ ਅੱਜ ਸਾਬਤ ਹੋ ਰਿਹਾ ਉਦੋਂ ਸੂਬੇ ਦੀ ਕਚਹਿਰੀ ਸੀ ਅੱਜ ਆਪਣੀਆਂ ਮੀਟਿੰਗਾਂ ਨੇ ਕਿੰਨੀਆਂ ਮੀਟਿੰਗਾਂ ਹੋ ਗਈਆਂ ਉਦੋਂ ਵੀ ਬਾਰ-ਬਾਰ ਬੁਲਾਇਆ ਜਾਂਦਾ ਸੀ ਧਰਮ ਕਬੂਲਣ ਲਈ ਤਾਂ ਉਹਨਾਂ ਨੂੰ ਦਬਾਅ ਪਾਇਆ ਜਾਂਦਾ ਸੀ ਪਰ ਈਨ ਦੇ ਪੱਕੇ ਰਹੇ ਯੋਧੇ ਨਹੀਂ ਡੋਲੇ ਇਸੇ ਤਰ੍ਹਾਂ ਆਪਾਂ ਵੀ ਤੁਸੀਂ ਵੀ ਪੱਕੇ ਰਹਿਣਾ ਸੋ ਉਹਨਾਂ ਨੂੰ ਹੀ ਸਮਰਪਿਤ ਅੱਜ ਮੈਂ ਇੱਥੇ ਹੋਰ ਕੁਝ ਨਹੀਂ ਕਹਿਣਾ ਮੈਂ ਉਹੀ ਕਹਿਣਾ ਸਿਰਫ ਤੁਹਾਨੂੰ ਸਮਰਪਿਤ ਕਿਉਂਕਿ ਅੱਜ ਜੋ ਮੈਂ ਬੋਲ ਰਹੀ ਹਾਂ ਮੈਂ ਸਿਰਫ ਤੁਹਾਡੇ ਲਈ ਬੋਲ ਰਹੀ ਹਾਂ ਕਿਉਂਕਿ ਤੁਹਾਡੇ ਸਦਕੇ ਜਾਣ ਨੂੰ ਜੀ ਕਰਦਾ ਪੂਰੀ ਦਿੱਲੀ ਪੂਰੀ ਦਿੱਲੀ ਜੜੀ ਆ ਕਿਸਾਨ ਮਜ਼ਦੂਰ ਇਕਤਾ ਕਾਲੇ ਕਾਨੂੰਨ ਕਾਲੇ ਕਾਨੂੰਨ ਭੰਗ ਕਰੋ ਮੇਰੇ लाडले ਲਾਲ ਦੇ ਲਾਲ ਅੱਜ ਇਹ ਸਭ ਤੁਹਾਡੇ ਲਈ ਆ ਜਿਹੜੇ ਤੁਸੀਂ ਪੰਜਾਬ ਛੱਡ ਕੇ ਇੱਥੇ ਆਏ ਹੋ ਸਾਰੇ ਹਰਿਆਣੇ ਤੋਂ ਚਾਹੇ ਕਿਸੇ ਵੀ ਕਸਬੇ ਤੋਂ ਆਏ ਹੋ ਸਾਰਿਆਂ ਨੂੰ ਸਲਾਮ ਮੇਰੇ लाडले ਲਾਲ ਦੇ ਲਾਲ ਮੇਰੇ लाडले ਲਾਲ ਦੇ ਲਾਲ ਸਦਕੇ ਮੈਂ ਜਾਵਾਂ ਹੋ ਸਦਕੇ ਮੈਂ ਜਾਵਾਂ ਦਸੋਂ ਖੋਲ ਕੇ ਦੇ ਸੋ ਖੋਲ ਕੇ ਦਿਲਾ ਦੇ ਹਾਲ ਸਦਕੇ ਮੈਂ ਜਾਵਾਂ ਮੇਰੇ लाडले ਲਾਲ ਦੇ ਲਾਲ ਇਹ ਸ਼ਬਦ ਮਾਤਾ ਗੁਜਰੀ ਜੀ ਨੇ ਉਦੋਂ ਕਹੇ ਜਦੋਂ ਉਹਨਾਂ ਦੇ ਪੁੱਤਰੇ ਵਾਪਸ ਆਏ ਗੁਰਗੋਬਿੰਦ ਸਿੰਘ ਜੀ ਦੇ ਲਾਲ ਉਹੀ ਲਾਲ ਸਾਡੇ ਤੁਸੀਂ ਸਾਰੇ ਗੁਰਗੋਬਿੰਦ ਸਿੰਘ ਜੀ ਦੇ ਲਾਲ ਸਤਿ ਸ੍ਰੀ ਅਕਾਲ ਬੋਣ ਸੂਬੇ ਨੇ ਕਚਹਿਰੀ ਵਿੱਚ ਕਹਿਰ ਕੀ گزارਿਆ ਸੂਬੇ ਨੇ ਕਚਹਿਰੀ ਵਿੱਚ ਕਹਿਰ ਕੀ گزارਿਆ ਚੰਗਾ ਹੋਇਆ ਬੀਬਾ ਤੁਸੀਂ ਹੌਸਲਾ ਨਿਹਾਰਿਆ ਚੰਗਾ ਹੋਇਆ ਬੀਬਾ ਤੁਸੀਂ ਹੌਸਲਾ ਨਿਹਾਰਿਆ ਉਦੋਂ ਸੂਬੇ ਦੀ ਕਚਹਿਰੀ ਸੀ ਆਪ ਆਪਣੀਆਂ ਮੀਟਿੰਗਾਂ ਨੇ ਜਦੋਂ ਤੁਸੀਂ ਸਾਰੇ ਮੀਟਿੰਗਾਂ 'ਚ ਜਾਂਦੇ ਹੋ ਨਾ ਤੇ ਜਦੋਂ ਅਸੀਂ ਟੀਵੀ ਵੇਖਦੇ ਆ ਜਾਂ ਅਸੀਂ ਮੋਬਾਈਲਾਂ ਤੇ ਵੇਖ ਰਹੇ ਹੁੰਨੇ ਆ ਕਿ ਅੱਜ ਮੀਟਿੰਗ 'ਚ ਕੀ ਹੋ ਰਿਹਾ ਉਸ ਟਾਈਮ ਸਾਡੇ ਵੀ ਦਿਲਾਂ ਨੂੰ ਇਹ ਹੌਲ ਪੈਂਦੀ ਕਿ ਸ਼ਾਇਦ ਅੱਜ ਕੋਈ ਚੰਗੀ ਖਬਰ ਆ ਜਾਏ ਸ਼ਾਇਦ ਪਤਾ ਨਹੀਂ ਮੀਟਿੰਗ ਦੇ ਵਿੱਚ ਕਿਸੇ ਨਾਲ ਕੀ ਹੋਣਾ ਸੋ ਉਹੀ ਦੌਰ ਉਦੋਂ ਸੂਬੇ ਦੀ ਕਚਹਿਰੀ ਅੱਜ ਮੀਟਿੰਗਾਂ ਦਾ ਦੌਰ ਸੂਬੇ ਦੀ ਕਚਹਿਰੀ ਵਿੱਚ ਕੈਰ ਕੀ گزارਿਆ ਚੰਗਾ ਹੋਇਆ ਤੂੰ ਸਾ ਬੀਬਾ ਹੌਸਲਾ ਨਹੀਂ ਹਾਰਿਆ ਤੁਹਾਡੇ ਚਿਹਰਿਆਂ ਤੇ ਵਖਰੇ ਜਲਾਲ ਤੁਹਾਡੇ ਚਿਹਰਿਆਂ ਤੇ ਵੱਖਰਾ ਜਲਾਲ ਸਦਕੇ ਮੈਂ ਜਾਵਾਂ ਮੇਰੇ लाडले ਲਾਲ ਦੇ ਲਾਲ ਤੁਸੀਂ ਸਿੱਧਕ ਨਹੀਂ ਹਾਰਿਆ ਔਰ ਨਾ ਹੀ ਤੁਸੀਂ ਹਾਰਨਾ ਵੱਡੇ ਵੀਰ ਤੁਸਾਂ ਦੇ ਸ਼ਹੀਦ ਹੋਏ ਹੱਸ ਕੇ ਵੱਡੇ ਵੀਰ ਤੁਸਾਂ ਦੇ ਸ਼ਹੀਦ ਹੋਏ ਹੱਸ ਕੇ ਹੋਣੀ ਨਿਕਲੇ ਜੇਤੀ ਮਾਰੇ ਕਸ ਕਸ ਕੇ ਹੋਣੀ ਨੇ ਕਲੇਜੇ ਤੀਰ ਮਾਰੇ ਕਸ ਕਸ ਕੇ ਕਿੰਜ ਬੀਤੀ ਤੁਸਾਂ ਦੇ ਨਾਲ ਕਿੰਜ ਬੀਤੀ ਤੁਸਾਂ ਦੇ ਨਾਲ ਸਦਕੇ ਮੈਂ ਜਾਵਾਂ ਮੇਰੇ लाडले ਲਾਲ ਦੇ ਨਾਲ ਮੇਰੇ ਲਾੜ ਜਦ ਦਾਦੀ ਨੂੰ ਪਤਾ ਹੋਵੇ ਕਿ ਮੇਰੇ ਪੋਤੇ ਜਾ ਰਹੇ ਮੇਰੇ लाडले ਜਾ ਰਹੇ ਆ ਉੱਤੇ ਉਹ ਜਲਾਦ ਕੋਲੇ ਜਾਂਦੇ ਸੀ ਅੱਜ ਇਹ ਮੀਟਿੰਗਾਂ ਜਲਾਦਾਂ ਵਰਗੀਆਂ ਨੇ ਜਿਹਦੇ ਵਿੱਚ ਉਹ ਬੈਠੇ ਹੁੰਦੇ ਆ ਸਭ ਤੋਂ ਵੱਡੇ ਜਲਾਦ ਇਹ ਨੇ ਜਿਨ੍ਹਾਂ ਨੂੰ ਰੱਤਾ ਤਰਸ ਨਹੀਂ ਆਉਂਦਾ ਇਹ ਮੀਟਿੰਗਾਂ ਤੇ ਮੀਟਿੰਗਾਂ ਗੱਲਾਂ ਤੇ ਗੱਲਾਂ ਸ਼ੋਸ਼ੇ ਬਾਜ਼ੀਆਂ ਜਿਹੜੀਆਂ ਦਿੰਦੇ ਨੇ ਉਦੋਂ ਵੀ ਇਹ ਮਾਹੌਲ ਸੀ ਹੁਣ ਵੀ ਇਹ ਮਾਹੌਲ ਆ ਹਾਏ ਮੇਰੇ लाडले ਜਲਾਦ ਕੋਲੇ ਗਏ ਨੇ ਹਾਏ ਤੇਰੇ लाडले ਜਲਾਦ ਕੋਲੇ ਗਏ ਨੇ ਅੱਗ ਦੇ ਭਲੀਤੇ ਕਿੰਨੇ ਹੱਥਾਂ ਉੱਤੇ ਲਾਏ ਨੇ ਅੱਗ ਦੇ ਭਲੀਤੇ ਕਿੰਨੇ ਹੱਥਾਂ ਉੱਤੇ ਲਾਏ ਨੇ ਕਿੰਜ ਬੀਤੀ ਤੁਸਾਂ ਦੇ ਨਾਲ ਕਿੰਜ ਬੀਤੀ ਤੁਸਾਂ ਦੇ ਨਾਲ ਸਦਕੇ ਮੈਂ ਜਾਵਾਂ ਮੇਰੇ लाडले ਲਾਲ ਦੇ ਨਾਲ ਮੇਰੇ ਲਾੜ ਸਰਿਆ ਕਾਲ ਬਲੇ ਸੋਨਹਾਲ ਆਖਰੀ ਲੈਣਾ ਦੇ ਵਿੱਚ ਸੂਬੇ ਦੀ ਕਚੇਰੀ ਵਿੱਚ ਰਤਾ ਵੀ ਨਾ ਡੋਲਿਓ ਜੜੀ ਮੇਨ ਗੱਲ ਆ ਦਾਦੀ ਨੇ ਵੀ ਇਹੀ ਸਮਝਾਈ ਸੀ ਪੋਤਿਆਂ ਨੂੰ ਉਹੀ ਗੋਬਿੰਦ ਦੇ ਲਾਲ ਉਹੀ ਆਪਾਂ ਸਾਰਿਆਂ ਨੇ ਯਾਦ ਰੱਖਣੀ ਆ ਸੂਬੇ ਦੀ ਕਚੇਰੀ ਵਿੱਚ ਰਤਾ ਵੀ ਨਾ ਡੋਲਿਓ ਸੂਬੇ ਦੀ ਕਚੇਰੀ ਵਿੱਚ ਰਤਾ ਵੀ ਨਾ ਢੋਲਿਓ ਮੁਖ ਵਿੱਚੋਂ ਸਦਾ ਵਾਹੇ ਗੁਰੂ ਵਾਹੇ ਬੋਲਿਓ ਮੁਖ ਵਿੱਚੋਂ ਵਾਹੇ ਗੁਰੂ ਵਾਹੇ ਗੁਰੂ ਬੋਲਿਓ ਨਾਲੇ ਦਾਦੇ ਵੱਲ ਰੱਖਿਓ ਖਿਆਲ ਦਾਦਾ ਗੁਰਤੇਗ ਭਦਰ ਜੀ ਸਮਝਾਉਂਦੀ ਆ ਬਾਤ ਦਾਦੀ ਬਈ ਬਾਦੇ ਦਾ ਖਿਆਲ ਰੱਖਿਓ ਵੇਖਿਓ ਕਿਤੇ ਪੱਗ ਨੂੰ ਦਾਗ ਨਾ ਲਾ ਕੇ ਆ ਜਾਇਓ ਸ਼ਹੀਦ ਹੋ ਜਾਇਓ ਪਰ ਆਪਣਾ ਹੱਕ ਲੈ ਕੇ ਆਇਓ ਆਪਣੇ ਧਰਮ ਤੋਂ ਨਾ ਡੋਲਿਓ ਨਾਲੇ ਦਾਦੇ ਵਾਲੇ ਰੱਖੇ ਓਖੇ ਆਲ ਨਾਲੇ ਦਾਦੇ ਵਾਲੇ ਰੱਖੇ ਓਖੇ ਆਲ ਸਦਕੇ ਮੈਂ ਜਾਵਾਂ ਮੇਰੇ लाडले ਲਾਲ ਦੇ ਲਾਲ ਮੇਰੇ लाडले ਲਾਲ ਦੇ ਚੰਦ ਲੈ ਨਾ ਤੁਹਾਡੇ ਰੂਬਰੂ ਕੀਤੀਆਂ ਨੇ ਕਿਉਂਕਿ ਇਹ ਤੁਹਾਡੇ ਲਈ ਆ ਇਹ ਉਸ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਆਸ਼ੀਰਵਾਦ ਆ ਤੁਹਾਡੇ ਸਭ ਦੇ ਨਾਲ ਧਰਮ ਕੋਈ ਵੀ ਇੱਥੇ ਕਿਸੇ ਦਾ ਰੱਬ ਇੱਕੋ ਹੀ ਆ ਖੁਦਾ ਇੱਕੋ ਅੱਲਾ ਇੱਕੋ ਰਾਮ ਇੱਕੋ ਗੁਰਬਾਣੀ ਦੇ ਵਿੱਚ ਸਭ ਦਾ ਜ਼ਿਕਰ ਆ ਸਿਰਫ ਇਹਨਾਂ ਲੋਕਾਂ ਨੇ ਆਪਾਂ ਨੂੰ ਵੰਡਿਆ ਸੀ ਪਰ ਇਹਨਾਂ ਬਿੱਲਾਂ ਕਰਕੇ ਸਾਰੇ ਇੱਕ ਜੁਟ ਹੋ ਗਏ ਆ ਪਰ ਮੈਂ ਇੱਕ ਗੱਲ ਤੁਹਾਨੂੰ ਜਾਂਦੇ ਜਾਂਦੇ ਕਹਿਣੀ ਚਾਹਾਂਗੀ ਸਾਰਿਆਂ ਨੂੰ ਜਿਹੜੇ ਤੁਸੀਂ ਇੱਥੇ ਕਈ ਮਹੀਨਿਆਂ ਤੋਂ ਬੈਠੇ ਹੋ ਪਏ ਪੰਜਾਬ ਦੇ ਵਿੱਚ ਜ ਜਸੀਂ ਜਾਣਿਆ ਰੋਜ਼ ਧਰਨਿਆਂ ਤੇ ਕਿਸੇ ਗਲੀ ਚੋਂ ਜਾਂ ਖੇਤ ਚੋਂ ਲੰਘਦੇ ਆ ਨਾ ਤੇ ਸਾਡੀਆਂ ਪੁੱਬਾਂ ਨਿਕਲਦੀਆਂ ਨੇ ਉਹ ਇਸ ਲਈ ਕਿਉਂਕਿ ਤੁਸੀਂ ਉਹਨਾਂ ਖੇਤਾਂ ਦੇ ਰਾਜੇ ਹੋ ਮੈਂ ਮਾਫੀ ਚਾਹੁੰਨੀ ਆ ਤੁਸੀਂ ਉਹਨਾਂ ਖੇਤਾਂ ਦੇ ਰਾਜੇ ਹੋ ਔਰ ਤੁਸੀਂ ਇੱਥੇ ਹੋ ਔਰ ਤੁਹਾਡੇ ਬਿਨੋ ਉਹ ਖੇਤ ਸੁਮਿਆ ਸਾਸਰੀਆ ਗਾਲ ਸਾਸਰੀਆ ਗਾਲ ਬੋਲੇ ਸੱਚੀ ਗੱਲ ਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜਿੰਦਾਬਾਦ 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 ਇਨ ਕਲਬ ਜਿੰਦਾ ਇੰਦਰਾ ਦੇ ਵੀਰ ਮੈਨੂੰ ਪੁੱਛਦੇ ਸੀ ਪੀਖਾਉਸਤਾਨ ਸਾਡੀਆਂ ਉਹਨਾਂ ਨੂੰ ਵੇਖ ਕੇ ਪੁੱਬਾ ਨਿਕਲਦੀਆਂ ਉਹਨਾਂ ਖੇਤਾਂ ਨੂੰ ਕਿਉਂਕਿ ਤੁਸੀਂ ਇੱਥੇ ਉਹ ਸੁੰਨੇ ਆ ਤੁਹਾਡੇ ਬਿਨਾ ਉਹ ਤੁਹਾਨੂੰ ਠੀਕਦੇ ਆ ਤੁਹਾਡੀਆਂ ਉਹ ਮੱਝਾਂ ਉਹ گاਵਾ ਉਹ ਤੁਹਾਡੇ ਖੇਤ ਤੁਹਾਨੂੰ ਉਡੀਕਦੇ ਆ ਔਰ ਉਹ ਤੁਹਾਡੇ ਬਿਨਾ ਸੁੰਨੇ ਆ ਗਲੀਆਂ ਸੁੰਨੀਆਂ ਸੜਕਾਂ ਸੁੰਨੀਆਂ ਪਰ ਤੁਸੀਂ ਜਿੱਤ ਕੇ ਆਉਣਾ ਅਸੀਂ ਸਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਔਰ ਹਮੇਸ਼ਾ ਇਹ ਚੀਜ਼ ਇੱਦਾਂ ਹੀ ਬਰਕਰਾਰ ਰਹਿਣੀ ਚਾਹੀਦੀ ਆ ਤੁਹਾਡੀ ਆਵਾਜ਼ ਤੁਹਾਡੀ ਬੁਲੰਦ ਤੁਹਾਡੇ ਹੌਸਲੇ ਇੱਦਾਂ ਹੀ ਬੁਲੰਦ ਰਹਿਣੇ ਚਾਹੀਦੇ ਆ ਪੂਰੀ ਦੁਨੀਆ ਨੂੰ ਤੁਹਾਡੇ ਤੇ ਮਾਣ ਆ ਤੁਸੀਂ ਖੇਤਾਂ ਦੇ ਰਾਜੇ ਤੁਹਾਡੇ ਨਾਲ ਹੀ ਇਹ ਸੰਸਾਰ ਹੈ ਤੁਸੀਂ ਜਿੱਤ ਕੇ ਆਉਣਾ ਇਹ ਹੀ ਮੇਰੀ ਸਾਰਿਆਂ ਨੂੰ ਅਰਦਾਸ ਵੀ ਹੈ ਬੇਨਤੀ ਵੀ ਹੈ ਮੈਂ ਛੋਟੀਆਂ ਕੁਝ ਵੱਧ ਕਹਿ ਗਿਆ ਹੋਵੇ ਤੇ ਮਾਫੀ ਚਾਹਨੀ ਆ ਪਰ ਆਪਣੇ ਦਿਲ ਦੇ ਜਜ਼ਬਾਤ ਮੈਂ ਬੋਲਣਾ ਕੁਝ ਹੋਰ ਸੀ ਪਰ ਜਦੋਂ ਇੱਥੇ ਬੱਚੀਆਂ ਨੇ ਬੋਲਿਆ ਉਹਨਾਂ ਨੂੰ ਵੇਖ ਕੇ ਮਨ ਭਾਵੁਕ ਹੋਇਆ ਦੇਖ ਕੇ ਔਰ ਉਹ ਸੁਨੀਆਂ ਗਲੀਆਂ ਪੰਜਾਬ ਦੀਆਂ ਹਰਿਆਣੇ ਦੀਆਂ ਵਰਲਡ ਦੀਆਂ ਖੇਤਾਂ ਦੀਆਂ ਗਲੀਆਂ ਤੁਹਾਨੂੰ ਉਡੀਕ ਰਹੀਆਂ ਨੇ ਜਿੱਤ ਕੇ ਆਇਓ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜੈਕਾਰੇ ਕਾਨੂੰਨ ਕਾਲੇ ਕਾਨੂੰਨ जय जवान जय किसान जय जवान जय किसान वाहेगुरु जी का खालसा वाहेगुरु जी की फतेह थैंक यू